ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਆ? ਉਮੀਦ ਕਰਦਾ ਸਾਰੇ ਖੈਰੀਅਤ ਨਾਲ ਹੋਣਗੇ, ਠੀਕ ਠਾਕ। ਅਸੀਂ ਵੀ ਬਿਲਕੁਲ ਠੀਕ ਠਾਕ ਜੀ। ਅਤੇ ਅੱਜ ਆਪਣੀ ਹੈਗੀ ਨਹਿਰੀ ਵਾਰੀ, ਪਾਣੀ ਲਗਾਉਣ ਲੱਗਿਆ ਮੱਕੀ ਨੂੰ ਲਗਾਉਣਾ 3 ਦਿਨ ਪਹਿਲੇ ਸੀ, ਲੇਕਿਨ ਲੇਟ ਹੋ ਗਏ। ਆ ਜਾਓ। ਅਤੇ ਮੱਕੀ ਸੁੱਕ ਰਹੀ ਆ, ਉਸਦੇ ਵਿੱਚ ਤੋਂ ਟੂਵਲ ਸਾਡਾ ਖਰਾਬ ਹੋ ਗਿਆ। ਦੇਖਦੇ ਹਾਂ ਹੁਣ ਨਹਿਰੀ ਪਾਣੀ ਲਗਾਉਂਦੇ ਹਾਂ, ਨਾਲੇ ਮੱਕੀ ਤੁਹਾਨੂੰ ਵੀ ਦਿਖਾਉਂਦੇ ਹਾਂ ਜੀ। ਬਾਈ, ਪਾਣੀ ਪਹੁੰਚ ਗਿਆ ਸਾਡਾ, ਕਿਆਰੇ ਸ਼ਿਆਰੇ ਖੋਲ੍ਹਤੇ। ਕੱਲ੍ਹ ਖਾਲਾ ਕੱਢ ਗਏ ਸੀ ਅਸੀਂ, ਬਿਲਕੁਲ ਸਾਫ਼ ਕਰ ਗਏ ਸੀ, ਇੱਥੇ ਘਾਹ ਹੀ ਬੜਾ ਸੀ। ਇਹ ਮਾਸ਼ਾਅੱਲਾ ਆਪਣੀ ਮੱਕੀ, ਦਾਣਾ ਛਾਣਾ ਮੇਰਾ ਹਜੇ ਨਹੀਂ ਪਿਆ, ਤਕਰੀਬਨ ਹੋਰ ਲੱਗਣਗੇ 10-15 ਦਿਨ, ਫਿਰ ਦਾਣਾ ਵੀ ਪੈ ਜਾਏਗਾ। ਅਜੇ ਅੰਦਰ ਇੰਟਰ ਹੋ ਕੇ ਦੇਖਦੇ ਹਾਂ ਮੱਕੀ ਦੇ ਕੀ ਸੂਰਤ ਹਾਲ ਆ ਅੰਦਰ। ਜੀ ਮਾਸ਼ਾ ਅੱਲਾ, ਜਿਹੜਾ ਕੱਦ ਤਾਂ ਜੀ ਬਹੁਤ ਬਹੁਤ ਹੈਵੀ ਲੈ ਗਈ ਹੈ ਕੱਦ। ਬਾਕੀ ਦਾਣਾ ਦੇਖਦੇ ਹਾਂ ਹਜੇ ਪਿਆ ਕਿ ਨਹੀਂ ਪਿਆ। ਹਜੇ ਦਾਣਾ ਨਹੀਂ ਪਿਆ, ਹਲਕਾ ਹਲਕਾ ਥੋੜ੍ਹਾ ਥੋੜ੍ਹਾ ਜਿਹੜਾ ਨਾ ਬਣਿਆ ਵਾ ਦਾਣਾ ਵਿੱਚ। ਚੱਲਣਾ ਹੀ ਔਖਾ ਹੋਇਆ ਪਿਆ ਮੱਕੀ 'ਤੇ। ਮਾਸ਼ਾਅੱਲਾ ਜੀ, ਕੱਦ ਬਹੁਤ ਹੈਵੀ ਲੈ ਗਈ ਆ। ਅੱਛੀ ਮੱਕੀ ਤਿਆਰ ਹੋ ਗਈ ਆਪਣੀ, ਲੱਗਦਾ ਨਹੀਂ ਸੀ ਗਰਮੀ ਵਾਲੀ ਐਡਾ ਕੱਦ ਕਰੇਗੀ, ਲੇਕਿਨ ਮਾਸ਼ਾਅੱਲਾ ਜਿਹੜਾ ਨਾ ਬਹੁਤ ਹੈਵੀ ਕੱਦ ਲੈ ਗਈ ਆ, ਹੈ ਨਾ। ਤਕਰੀਬਨ 11 ਫੁੱਟ ਤਾਂ ਹੋਏਗਾ ਉਮੀਦ ਆ, 11-12 ਫੁੱਟ ਪੱਕਾ ਹੋਇਆ ਜੀ। ਬਾਕੀ ਹੁਣ ਦਾਣਾ ਚੱਕ ਲਵੇ, 50% ਵੀ ਦਾਣਾ ਪਾ ਗਈ ਅਤੇ ਆਪਣਾ ਜਿਹੜਾ ਨਾ ਉਹ ਲਵਾਈ ਮਿਹਨਤ ਕੀਤੀ ਦਾ ਮੁੱਲ ਸਾਰਾ ਵਾਪਸੀ ਆ ਜਾਏਗਾ ਜੀ। ਬਸ ਦਾਣਾ ਲੈ ਜਾਵੇ ਥੋੜ੍ਹਾ ਬਹੁਤਾ ਹੁਣ, ਬਾਕੀ ਅੱਲਾ ਚੰਗੀ ਕਰੇ ਜੀ। ਤਾਂ ਪਾਣੀ ਵੀ ਪਹੁੰਚ ਗਿਆ ਆਪਣਾ ਕਿਆਰੇ 'ਚ, ਬਸ ਇੰਟਰ ਹੋਣ ਵਾਲਾ ਹੀ ਆ। 2 ਕਿਆਰੇ ਖੋਲ੍ਹੇ ਆ ਇਕੱਠੇ, ਹੁਣ ਖਾਦ ਨਹੀਂ ਪਾਣੀ ਇਸ ਲਈ 2 ਇਕੱਠੇ ਖੋਲ੍ਹ ਦਿੱਤੇ ਆ। ਅੱਗੇ ਇਕੱਲੇ ਨੂੰ ਪਿਆਈਦਾ ਸੀ ਖਾਦ ਪਾਉਣ ਵਾਸਤੇ, ਹੁਣ 2 ਇਕੱਠੇ ਖੋਲ੍ਹ ਦਿੱਤੇ ਆ। ਬਾਕੀ ਅੱਗੇ ਜਾਂਦੇ ਹਾਂ, ਮਜ਼ੀਦ ਅੱਗੇ ਜਾ ਕੇ ਦੇਖਦੇ ਹਾਂ ਕੀ ਸੂਰਤ ਹਾਲ ਆ ਜੀ। ਪਹੁੰਚ ਗਏ ਦੂਸਰੀ ਸਾਈਡ 'ਤੇ ਮੱਕੀ ਦੇ। ਅੱਛਾ, ਮੱਕੀ ਨੂੰ ਪਾਣੀ ਲਾ ਰਹੇ ਸੀ, ਸਾਨੂੰ ਨਜ਼ਰ ਆ ਗਿਆ ਟਰੈਕਟਰ ਪਾਕਟ ਵਾਲਾ, ਉਹ ਰੇਤ ਭਰ ਰਿਹਾ। ਅਸੀਂ ਕੋਈ ਟਰਾਲੀਆਂ ਲੈਣੀਆਂ ਰੇਤ ਦੀਆਂ, ਚੱਲ ਕੇ ਉਹਦੇ ਕੋਲ ਵੀ ਪਤਾ ਕਰਦੇ ਹਾਂ ਕਿੰਨੀ ਕੁ ਦੇਰ ਇੱਥੇ ਆ। ਸਾਡਾ ਟਰੈਕਟਰ ਹਜੇ ਵੈਸੇ ਬਿਜ਼ੀ ਆ, ਟੂਵਲ ਚੱਲ ਰਿਹਾ ਦੂਸਰੀ ਸਾਈਡ 'ਤੇ, ਅਤੇ ਟਾਈਮ ਪੁੱਛਦੇ ਹਾਂ ਜੇ ਤਾਂ ਖੜ੍ਹਾ ਰਿਹਾ ਤਾਂ ਫਿਰ ਅੱਲਾ ਖੈਰ ਕਰੇ, ਇੰਨਾ ਕੁਛ ਭਰਾਉਂਦੇ ਹਾਂ। ਉਹ ਸਾਹਮਣੇ ਖਰਾ ਪਾਕਟ ਵਾਲਾ, ਚੱਲਦੇ ਹਾਂ ਉਹਦੇ ਕੋਲ ਹੀ ਜੀ। ਰੇਤ ਤਾਂ ਬੜੀ ਸੋਹਣੀ ਨਿਕਲੀ ਪਈ ਹੈ, ਸੀਮਿੰਟ ਵਾਲੀ ਬਿਲਕੁਲ ਪਿਓਰ ਹੈ ਭਾਈ। ਰੇੜੀਆਂ ਭਰ ਰਹੇ ਆ, ਅਤੇ ਟਰੈਕਟਰ ਵਾਲਾ ਜਿਹੜਾ ਟਰਾਲੀ ਲਾਉਣ ਵਾਸਤੇ ਚਲਾ ਗਿਆ ਨਾਲ ਹੀ, ਉਹਦੇ ਵਾਪਸੀ ਆਉਂਦਾ, ਫਿਰ ਉਹਦੇ ਨਾਲ ਗੱਲਬਾਤ ਕਰਦੇ ਹਾਂ ਜੀ। ਪਤਾ ਕਰ ਲਿਆ, ਕਹਿੰਦੇ 12 ਵਜੇ ਆ ਜਾ, ਹਜੇ ਚੱਲੇ ਨੇ 12 ਵਜੇ ਆਪਣਾ ਟਰਾਲੀ ਟਰੈਕਟਰ ਲੈ ਕੇ ਆਵਾਂਗੇ, ਫਿਰ ਭਰਾਵਾਂਗੇ। ਬਾਕੀ ਜਾ ਕੇ ਪਾਣੀ ਲਾਉਂਦੇ ਹਾਂ ਭਾਵ ਦਾ, ਅਤੇ ਆਉਂਦੇ ਹਾਂ ਫਿਰ 12 ਵਜੇ, ਫਿਰ ਤੁਹਾਨੂੰ ਦਿਖਾਵਾਂਗੇ ਪੂਰਾ ਸਿਸਟਮ ਹੀ। ਚੱਲਦੇ ਹਾਂ ਜਾ ਕੇ ਪਾਣੀ ਵੇਖਦੇ ਹਾਂ, ਪਹਿਲੇ ਪਾਣੀ ਲਾ ਲਈਏ। ਵਾਪਸੀ ਪਹੁੰਚੇ ਹਾਂ ਪਾਣੀ ਵੱਲ, ਮੁੰਡੇ ਨੇ 3 ਟੋਕਾਂ ਖੋਲ੍ਹ ਦਿੱਤੀਆਂ ਵਾ। ਪਾਣੀ ਦਾ ਜਿਹੜਾ ਪ੍ਰੈਸ਼ਰ ਜ਼ਿਆਦਾ ਸੀਗਾ, ਖਾਲਾ ਤਰ ਰਿਹਾ ਸੀ ਪਿੱਛੋਂ, 3 ਟੋਕਾਂ ਖੋਲ੍ਹ ਦਿੱਤੀਆਂ ਵਾ, ਅਲੱਗ ਇੱਥੇ ਭਰ ਜਾਏਗੀ ਹੁਣ, ਠੀਕ ਹੈ ਜੀ। ਬਾਕੀ ਅਗਲੀ ਵੀਡੀਓ ਆਉਂਦੀ ਆ, ਵੀਡੀਓ ਥੋੜ੍ਹੀ ਲੰਬੀ ਹੋ ਜਾਣੀ ਆ, 2 ਹਿੱਸੇ ਕਰਦੇ ਹਾਂ। ਅਗਲੀ ਵੀਡੀਓ ਫਿਰ ਟਰੈਕਟਰ ਵਾਲੀ ਦੂਸਰੇ ਪਾਰਟ ਦੇ ਵਿੱਚ ਪਾਉਂਦੇ ਹਾਂ।